दोस्तों आपां नर्सरी दे विच आ चुके हां ते तुहानूं दिखाउणे आपां वी वख-वख तरां दे जिहड़े फलां वाले ते सजावट वाले पौधे ने ते आपां बाई नाल गल करदे हां जिहड़े इत्थों दे मतलब ओनर ने नर्सरी ते। हां जी बाई जी, सति श्री अकाल जी। बाई जी अपना नाम की आ? वरिंदर सिंह जी। ते आपां इक पिंड किहड़ा अपना? दुग्गा। दुग्गा पिंड आ जिहड़ा नर्सरी। तुसीं किन्ना टाइम हो गया तुहानूं चला रहे नूं? 2 साल हो गए। 2 साल हो गए नर्सरी नूं। ते आपणे कोल किहड़ी-किहड़ी तरां दी वैरायटी आ? सारी वैरायटी हैगीआं, सजावटी वी हैगीआं, फ्रूट वालीआं वी हैगीआं, ਜਿਵੇਂ ਪੂਨੇ ਦੀਆਂ ਆ ਗਈਆਂ, ਕਲਕੱਤੇ ਦੀਆਂ, ਆਂਧਰਾ ਦੀਆਂ ਜੀ, ਸਾਰੇ ਤਰ੍ਹਾਂ ਦੀ ਵੈਰਾਈਟੀ ਆਪਣੇ ਕੋਲ ਮਿਲ ਜਾਂਦੀ ਆ। ਤੇ ਮੰਨ ਲਓ ਸਾਨੂੰ ਦਿਖਾਓਗੇ ਅੱਜ ਕਿਹੜੀ ਕਿਹੜੀ ਤੁਹਾਡੇ ਕੋਲ ਵੈਰਾਈਟੀ ਆ ਜੀ? ਜਿਵੇਂ ਸਾਈਪ੍ਰਸ ਆ ਗਿਆ ਜੀ। ਹਾਂਜੀ। ਤੇ ਪੂਨੇ ਦੀ ਵੈਰਾਈਟੀ ਆਉਂਦੀ ਹੈ ਜੀ। ਠੀਕ ਹੈ ਜੀ। ਉਸ ਤੋਂ ਬਾਅਦ ਇਹ ਅੰਬ ਆ ਗਿਆ ਜੀ। ਹਾਂਜੀ ਹਾਂ। ਤੇ 12 ਮਾਸੀ ਇਹ ਕਲਕੱਤੇ ਦਾ ਜੀ। ਠੀਕ ਹੈ ਜੀ। ਤੇ ਇਹ ਸਾਰੀਆਂ ਪੂਨੇ ਦੀਆਂ ਵੈਰਾਈਟੀਆਂ ਜੀ। ਹਾਂਜੀ। ਜਿਵੇਂ ਆਪਣੇ ਕੋਲ ਇਜ਼ਰਾਈਲ ਦੀ ਖਜ਼ੂਰ ਵੀ ਆਈ ਹੋਈ ਹੈ ਜੀ, ਜਿਹੜੀ 3 ਸਾਲ ਫਰੂਟ ਚੱਕੂਗੀ। ਮੰਨ ਲਓ 3 ਸਾਲ ਚ ਜਿਹੜੇ ਉਹ ਕੰਪਲੀਟ ਫਰੂਟ ਚੱਕਣ ਲੱਗੇ ਜੀ। ਤੇ ਬਈ ਜਿਹੜਾ ਇਹ ਮੰਨ ਲਓ ਤੁਹਾਡੇ ਇਹ ਪੌਦੇ ਵਗੈਰਾ ਨੇ, ਤੇ ਜਿਹੜਾ ਲਗਾਉਣ ਤੋਂ ਬਾਅਦ ਹੋਰ ਮਿਹਨਤ ਕੀ ਕਰਨੀ ਪੈਂਦੀ ਹੈ? ਤੇ ਨਹੀਂ, ਬਸ ਇੱਕ ਤਾਂ ਪਾਣੀ ਦਾ ਧਿਆਨ ਰੱਖੋ ਜੀ। ਕਈ ਵਾਰੀ ਆਪਾਂ ਪਾਣੀ ਜ਼ਿਆਦਾ ਦੇ ਦਿੰਦੇ ਨੇ, ਕਈ ਵਾਰੀ ਆਪਾਂ ਦੇਖਦੇ ਨਹੀਂ ਪਾਣੀ ਦਿੰਦੇ ਨਹੀਂ। ਠੀਕ ਹੈ। ਵੀ ਜਦੋਂ ਪ੍ਰੋਪਰ ਉੱਪਰੋਂ ਮਿੱਟੀ ਦੀ ਤਹਿ ਸੁੱਕ ਗਈ ਤਾਂ ਹਲਕਾ ਪਾਣੀ ਦੋ। ਠੀਕ ਹੈ। ਕੋਈ ਮੰਨ ਲਓ ਇਹਦੇ ਵਿੱਚ ਕੋਈ ਦਵਾਈ ਵਗੈਰਾ ਵੀ? ਹਾਂ, ਜਿਵੇਂ ਵਰਮੀ ਕੰਪੋਸਟ ਆਉਂਦੀ ਹੈ, ਕੁਝ ਇਸ ਤਰ੍ਹਾਂ ਦੇ ਹੋਰ ਫਰਟੀਲਾਈਜ਼ਰ ਆਉਂਦੇ, ਆਪਾਂ ਦੇ ਸਕਦੇ ਹਾਂ। ਠੀਕ ਹੈ। ਮੰਨ ਲਓ ਜੇ ਕੋਈ ਮੰਨ ਲਓ ਆਪਣੇ ਘਰੇ ਲਾਉਣਾ ਚਾਹੁੰਦਾ ਕੋਈ ਵੀ ਫਲਦਾਰ ਬੂਟਾ ਜਾਂ ਫੁੱਲ ਵਾਲਾ ਸਜਾਵਟ ਵਾਲਾ, ਹਨਾ, ਮੰਨ ਲਓ ਜੇ ਕੋਈ ਤੁਹਾਡੇ ਕੋਲੇ ਆਉਂਦਾ ਤਾਂ ਤੁਸੀਂ ਉਹਨੂੰ ਮੰਨ ਲਓ ਸਾਰਾ A to Z ਦੱਸ ਦਿਓ। ਹਾਂਜੀ ਹਾਂਜੀ, ਬਿਲਕੁਲ। ਦਵਾਈ ਵਗੈਰਾ ਵੀ ਦੱਸ ਦਿਓ ਵੀ ਆਹ ਦਵਾਈ। ਵੈਸੇ ਤਾਂ ਜਿਹੜਾ ਫਰੂਟ ਵਾਲਾ ਉਹਦਾ ਪ੍ਰੋਸੀਜਰ ਇਹ ਹੁੰਦਾ ਜੀ ਵੀ ਥੱਲੋਂ ਜ਼ਮੀਨ ਦੇਖਣੀ ਪੈਂਦੀ ਆ, ਜ਼ਿਆਦਾ ਟਾਈਟ ਤਾਂ ਨਹੀਂ ਹੈਗੀ। ਠੀਕ ਹੈ ਜੀ। ਫਿਰ ਉਹਦਾ ਪ੍ਰੋਸੀਜਰ ਹੈ ਵੀ ਉਹਦਾ 4 ਫੁੱਟ ਟੋਆ ਡੂੰਘਾ, 4 ਫੁੱਟ ਚੜਾਈ ਚ ਉਹ ਕੱਢ ਕੇ ਬਾਹਣ ਵਾਲੀ ਵਹਿ ਕਮੇਟੀ ਵਧੀਆ ਪਾ ਕੇ ਉਹਨੂੰ ਲਗਾਓ, ਪ੍ਰੋਪਰ ਹੋਊਗਾ ਜੋ ਮਰਜ਼ੀ ਲਗਾਓ। ਇਹ ਕਲਕੱਤਾ ਪੱਤੀ ਨਿੰਬੂ ਆ ਗਿਆ ਸੀ, ਬਹੁਤ ਜ਼ਿਆਦਾ 12 ਮਾਸੀਆਂ ਨਿੰਬੂ ਵਾਜ ਦਾ ਬਹੁਤ ਜ਼ਿਆਦਾ ਫਰੂਟ ਆਉਂਦਾ ਸੀ ਇਹਨੂੰ। ਹਾਂਜੀ। ਇਹ ਕਿੰਨੇ ਸਮੇਂ ਚ ਦੇਰ ਮੰਨ ਲਓ ਤਿਆਰ ਹੋ ਜਾਂਦਾ ਫਲ? ਵੈਸੇ ਤਾਂ ਵੀ ਸਾਲ ਦੇ ਵਿੱਚ ਜੇ ਆਪਾਂ ਪੂਰਾ ਪ੍ਰੋਪਰ ਇਹਦੇ ਤੋਂ ਝਾੜ ਲੈਣਾ ਤਾਂ ਉਹ ਤਕਰੀਬਨ 3 ਸਾਲ ਦਾ। ਤੇ ਮੰਨ ਲਓ ਇਹ ਕਿਹੜੀ ਰੁੱਤ ਚ ਲਾ ਸਕਦਾ ਬੰਦਾ? ਇਹਨੂੰ ਜਦੋਂ ਮਰਜ਼ੀ ਲਗਾ ਲਓ, ਬਸ ਇਹ ਆ ਵੀ ਉੱਥੇ ਪਾਣੀ ਨਾ ਜ਼ਿਆਦਾ ਪੈਂਦਾ ਹੋਵੇ ਜੀ। ਠੀਕ ਹੈ ਜੀ। ਪਾਣੀ ਇਹਨੂੰ ਬਹੁਤ ਘੱਟ ਦਿਓ। ਹਾਂਜੀ ਹਾਂ, ਕੰਮ ਜਾ ਵਧੀਆ, ਮੰਨ ਲਓ ਵਧੀਆ ਸ਼ਾਨਦਾਰ ਫਲ ਲੱਗਦਾ ਜੀ। 12 ਮਾਸੀ ਆਉਂਦਾ, ਹਰ ਟਾਈਮ ਚੱਲਦਾ ਸਰ, ਚੱਲਦਾ। ਜਿਵੇਂ ਕੁਛ ਆਉਂਦਾ ਪਾਕਿਸਤਾਨੀ ਨਿੰਬੂ ਆਉਂਦਾ, ਉਹ ਤਕਰੀਬਨ ਸਿਆਲ ਚ ਜ਼ਿਆਦਾ ਚੱਲਦਾ, ਸਰਦੀ ਚ ਜੀ। ਹਾਂਜੀ, ਗਰਮੀ ਨੂੰ ਘੱਟ ਲੱਗਦਾ, ਪਰ ਇਹ 12 ਮਾਸੀ ਆਉਂਦੇ, ਹਰ ਟਾਈਮ ਚੱਲਦੇ। ਠੀਕ ਹੈ ਜੀ। ਇਹ ਵੀਰੇ ਜਿਹੜੀ ਤੁਸੀਂ ਇਹ ਪਨੀਰੀ ਤਿਆਰ ਕਰਦੇ ਹੋ, ਸਾਰੀ ਆਪ ਤੁਸੀਂ ਤਿਆਰ ਕਰਦੇ ਹੋ? ਕੁਛ ਆਪਣੇ ਹੁੰਦੇ, ਜਿਵੇਂ ਐਵੇਂ ਦੀਆਂ ਵੈਰਾਈਟੀਆਂ ਕੁਛ ਜ਼ਿਆਦਾ ਕਲਕੱਤੇ ਦੀਆਂ, ਜਿਹੜਾ ਕਲਕੱਤਾ ਪੱਤੀ ਹੈ ਕਲਕੱਤੇ ਤੋਂ ਹੀ ਆਉਂਦਾ ਸੀ। ਠੀਕ ਹੈ। ਮੰਨ ਲਓ ਕੁਝ ਨਹੀਂ ਇੱਥੇ ਤੁਸੀਂ ਆਪ ਤਿਆਰ ਕਰਦੇ? ਹਾਂਜੀ ਹਾਂਜੀ, ਕੁਛ ਵੈਰਾਈਟੀਆਂ ਹੋ ਜਾਂਦੀਆਂ, ਜ਼ਿਆਦਾਤਰ ਸੀਜ਼ਨਲੀ ਤਿਆਰ ਹੁੰਦਾ ਜੀ, ਜਿਵੇਂ ਆਪਣੇ ਕੋਲੇ ਪਨੀਰੀਆਂ ਹੁੰਦੀਆਂ ਸਾਰੇ ਤਰ੍ਹਾਂ ਦੀਆਂ ਉਹ ਤਿਆਰ ਹੁੰਦੀਆਂ। ਠੀਕ ਹੈ ਵੀਰ ਜੀ। ਜਿਵੇਂ ਬਾਉਂਸਾਈ ਆ ਗਿਆ ਜੀ, ਬਾਉਂਸਾਈ ਫੈਕਸ ਆ ਗਿਆ, ਚਾਈਨਾ ਦਾ ਗ੍ਰਾਫਟਡ ਹੋਇਆ ਹੁੰਦਾ ਜੀ, ਇਹ ਪਚੀਰਾ ਆ ਗਿਆ ਜੀ। ਠੀਕ ਹੈ ਜੀ। ਇਹ ਬਾਉਂਸਾਈਆਂ ਛੋਟੀਆਂ ਆ ਗਈਆਂ, ਇਹ ਕਲਾਂਚੂ ਆ ਗਿਆ ਜੀ। ਸਾਰੀਆਂ ਗਮਲਿਆਂ ਦੀਆਂ ਵੈਰਾਈਟੀਆਂ ਆਪਣੇ ਕੋਲ ਹੁੰਦੀਆਂ ਸੀ, ਮਤਲਬ ਗਮਲਿਆਂ ਦੇ ਵਗੈਰਾ ਵਿੱਚ ਸਜਾਵਟ ਵਾਸਤੇ ਰੱਖ ਸਕਦਾ ਬੰਦਾ। ਜਿਵੇਂ ਉਹਦੇ ਚ ਚੀਨੀ ਮਿੱਟੀ ਦਾ ਆ ਗਿਆ ਸੀ, ਟੈਰਾਕੋਟਾ ਮਿੱਟੀ ਦਾ ਆਉਂਦਾ ਸੀ, ਸੀਮੈਂਟ ਦਾ ਆ ਗਿਆ ਸੀ, ਸਾਰੇ ਤਰ੍ਹਾਂ ਦੇ ਗਮਲੇ ਆਪਣੇ ਕੋਲ। ਤੇ ਇਹ ਹਰ ਇੱਕ ਤਰ੍ਹਾਂ ਦੀ ਅਲੱਗ ਅਲੱਗ ਇਹ? ਹਾਂਜੀ ਹਾਂਜੀ। ਇਹ ਕਿਹੜੀ ਆ ਮਤਲਬ ਜਿਹੜੀ ਇਹ ਚੀਜ਼ ਆ? ਇਹ ਬਾਉਂਸਾਈ ਫੈਕਸੀ ਆ ਜੀ, ਇਹ ਛੋਟਾ ਆ ਗਿਆ, ਉਹ ਵੱਡਾ ਆ, ਉਹ ਵੱਡਾ ਸੈਜ਼ ਚ, ਇਹ ਛੋਟੇ ਸੈਜ਼ ਚ। ਹਾਂਜੀ ਹਾਂਜੀ। ਦੋਸਤੋ ਆਪਾਂ ਤੁਹਾਨੂੰ ਹਰ ਇੱਕ ਪੌਦਾ ਜਿਹੜਾ ਨਹੀਂ ਦਿਖਾ ਸਕਦੇ ਕਿਉਂਕਿ ਵੀਡੀਓ ਲੰਬੀ ਹੋ ਜਾਣੀ ਆ, ਤੁਹਾਨੂੰ ਅੱਜ ਅਸੀਂ ਮੇਨ ਜਿਹੜਾ ਦਿਖਾਵਾਂਗੇ। ਤੇ ਬਾਈ ਨੂੰ ਪੁੱਛਦੇ ਆ ਵੀ ਹਾਂਜੀ ਬਾਈ ਜੀ, ਇਹ ਕਿਹੜਾ ਪੌਦਾ? ਮਤਲਬ ਇਹ ਬਦਾਮ ਹੈ ਜੀ। ਹਾਂਜੀ, ਬਦਾਮ ਦਾ। ਇਹ ਬੱਬੂ ਗੋਸ਼ ਆ ਗਿਆ ਜੀ, ਆਲੂ ਬੁਖਾਰ ਆ ਗਿਆ, ਸੇਬ ਆ ਗਿਆ ਜੀ। ਠੀਕ ਹੈ ਜੀ। ਇਹਦੇ ਚ ਨਾਸਪਾਤੀ ਇਹਨਾਂ ਦੇ ਵੀ ਮੰਨ ਲਓ ਤਿਆਰ ਕਰਨ ਵਾਸਤੇ ਜਿਹੜੀ ਮਿਹਨਤ ਪੂਰੀ ਕਰਨੀ ਪਈ, ਬਹੁਤ ਜ਼ਿਆਦਾ ਗ੍ਰਾਫਟਡ ਕਰਨਾ, ਇਹ ਸਾਰਾ ਗ੍ਰਾਫਟਡ ਹੈ ਜੀ। ਠੀਕ ਹੈ ਜੀ। ਇਹ ਵੀ ਮੰਨ ਲਓ ਬਾਹਰੋਂ? ਨਹੀਂ, ਇਹ ਆਪਣਾ ਫਿਲਹਾਲ ਇਹ ਤੁਸੀਂ ਇੱਥੇ ਤਿਆਰ ਕਰ ਦਿਓਗੇ। ਬਾਅਦ ਇਹ ਕਿੰਨੂ ਆ ਗਿਆ ਸੀ? ਹਾਂਜੀ, ਇਹ ਦੇਖੋ ਪਹਿਲੇ ਸਾਲ ਹੀ ਹੈ, ਬਹੁਤ ਜ਼ਿਆਦਾ ਇਹਨੂੰ ਫਰੂਟ ਲੱਗ ਰਿਹਾ ਸੀ ਕਿੰਨੂ ਨੂੰ ਜੀ। ਹਾਂਜੀ ਹਾਂਜੀ। ਤੇ ਇਹ ਬਈ ਕਿੰਨਾ ਮਤਲਬ ਜਿਹੜਾ ਕਿੰਨੂ ਦਾ ਪੌਦਾ ਲੱਗਦਾ, ਉਸ ਤੋਂ ਬਾਅਦ ਇਹ ਕਿੰਨੇ ਟਾਈਮ ਬਾਅਦ ਜਿਹੜਾ ਫਲ ਦਿੰਦਾ? ਇਹ ਚੱਕ ਰਿਹਾ ਜੀ ਫਲ, ਕਲਮੀ ਹੁੰਦਾ ਜਿਹੜਾ ਉਹਨੇ ਪਹਿਲੇ ਸਾਲ ਹੀ ਚੱਕਣਾ ਹੁੰਦਾ, ਦੇਖੋ ਸਾਰੇ ਨੂੰ ਫਰੂਟ ਆ ਰਿਹਾ, ਮਤਲਬ ਸਾਲ ਬਾਅਦ ਫਲ ਚੱਕਣ ਲੱਗ ਜਾਂਦਾ। ਹਾਂਜੀ ਬਿਲਕੁਲ। ਤੇ ਇਹਦਾ ਫਿਰ ਸਾਈਜ਼ ਬੜਾ ਲੰਬਾ ਤਾਂ ਨਹੀਂ ਜਾਂਦਾ? ਨਹੀਂ, ਤਕਰੀਬਨ 10x10 ਤੇ ਲਾ ਦਿਓ। 10x10 ਤੇ? ਹਾਂਜੀ ਹਾਂਜੀ। ਠੀਕ ਹੈ ਵੀਰੇ। ਤੇ ਜਿਹੜਾ ਆ ਸਾਈਜ਼ ਅੰਬ ਦਾ, ਇਹ ਸਾਰੀ ਅਸੀਂ ਤਕਰੀਬਨ 80 ਰੁਪਏ ਰੇਟ ਰੱਖਿਆ ਹੋਇਆ ਜੀ ਸਾਡੇ ਦਾ। ਤੇ ਮੰਨ ਲਓ ਇਹਨੂੰ ਕਿਤੇ ਵੀ ਤੁਸੀਂ ਘਰ ਘਰ ਵੀ ਲਾ ਸਕਦੇ? ਲਾ ਸਕਦੇ, ਜੇ ਨਵੀਂ ਭਰਤ ਪਈਏ ਜਾਂ ਨਵੀਂ ਮਿੱਟੀ ਆਪਾਂ ਪਾ ਕੇ ਇਹਨੂੰ ਲਾ ਸਕਦੇ ਹਾਂ। ਤੇ ਇਹ ਮਤਲਬ ਕਿੰਨਾ ਟਾਈਮ ਚ ਜਿਹੜਾ ਇਹ ਅੰਬ ਦਾ? ਇਹ ਸਾਰੇ ਦੇ ਦੇਖੋ ਫਰੂਟ ਆਇਆ ਹੋਇਆ ਜੀ ਆਪਣੇ ਕੋਲ, ਜਿਹੜਾ ਫਲ ਆ ਕੋਈ ਵੀ ਨਹੀਂ। ਹਾਂਜੀ ਹਾਂਜੀ। ਤੇ ਮੰਨ ਲਓ ਇਹ ਕਿੰਨੇ ਟਾਈਮ ਲੱਗਦਾ ਇਹਨੂੰ ਤਿਆਰ ਹੋਣ ਨੂੰ? ਤਕਰੀਬਨ ਫਲ ਪਹਿਲੇ ਸਾਲ ਹੀ ਚੱਕਣਾ ਹੁੰਦਾ ਹੈ, ਫਿਰ ਬੂਟਾ ਤਾਂ ਜਾ ਕੇ ਵੱਡਾ, ਤਕਰੀਬਨ 3 ਸਾਲ ਦੇ ਵਿੱਚ ਵਧੀਆ। ਹਾਂਜੀ ਹਾਂ, ਠੀਕ ਹੈ। ਤੇ ਮੰਨ ਲਓ ਇਹ ਵੀ ਜਿਹੜਾ ਇਹ ਤੁਸੀਂ ਆਪ ਇੱਥੇ ਤਿਆਰ ਕਰਦੇ ਹੋ? ਨਹੀਂ, ਇਹ ਵੈਰਾਈਟੀ ਕਲਕੱਤੇ ਦੀ, ਕਲਕੱਤੇ ਦੀ ਵੈਰਾਈਟੀ ਹੈਗੀ। ਤੇ ਮੰਨ ਲਓ ਜੇ ਬੰਦਾ ਕੋਈ ਘਰ ਚ ਲਾ ਸਕਦਾ ਆਰਾਮ ਨਾਲ, ਕੋਈ ਪ੍ਰੋਬਲਮ ਨਹੀਂ ਹੋਊਗੀ? ਨਹੀਂ, ਕੋਈ ਪ੍ਰੋਬਲਮ ਨਹੀਂ ਹੈਗੀ। ਕੋਈ ਅੱਗੇ ਅਮਰੂਦ ਆ ਗਿਆ ਜੀ, ਅਮਰੂਦ ਦੀਆਂ
तैयार की वर्कर भी जो काम करते हैं नर्सरी काफी बंदे जो काम कर लगे हुए क्योंकि क्योंकि ज्यादातर नर्सरी जो पौधे ने बाहरों मंगाए जाते हैं पर इतने भाई आप जो तैयार करते हैं जो पौधे ने छोटे तैयार करते हैं उस तो बाद इतों ले जा सकते हो घर के लाओ खेत के लाओ कि भी लाओ तो क्योंकि बहुत साल के छे महीनों के जो पौधे ने फल देन लग गए हैं तो अज असी वीडियो राही यही दिखा गा किनू है जी अपने को सारा किनू आपके को ही लगे हुआ जी ठीक है जी जेडे तो आप तकरीबन ग्राफ्ट करा के बूटे बनाने ये बदम आ गया जी फरवरी मार्च का महीना लगता है मार्च बरसात बदाम नहीं होंगे पंजाब देखो बाई ने बदाम की खेती भी की नर्सरी बदाम बूटे लाए ने फल भी जो आ रहा देख सकते हो हाँ सेब लगे हुआ अपने को सारे तरह का अमरूद है तकरीबन ये जिनी आप जगह रखी है जी ये हर एक फ्रूट का बूटा आपका लाया हुआ है ठीक है जी भाई आप खेती करते हो देखो इन्होंने जिहड़ा नाल नर्सरी दे विच खेती करते नाल इन्होंने बूटे लाए ने हर एक तरह का सेब का अनारा का नींबू का अमरूद का सेब का हर एक तरह का जिहड़ा हैगा गा इन्होंने पौधा लाया हुआ गा तो देख सकते हो क्योंकि भाई बहुत मेहनत करते हैं क्योंकि हर एक चीज नूं पता टाइम लगता गा जे अज तुसीं बूटा लाता तो छे महीनों बाद जो फल दिंदा गा बूटा कोई छे महीनों दिंदा वा कोई साल बाद दिंदा क्योंकि हर एक तरह की जिहड़ी अलग अलग तरह की जिहड़ी वरायटी है बाईआं कोले दोस्तों तुहानूं अज असीं गिल फार्म एंड नर्सरी दे विच आए हां तुहानूं असीं दिखाया वी वख-वख तरह के जिहड़े फुलदार ते सजावट वाले बूटे रहेंगे तो आप बाई नाल भी जिहड़ी गल कीती आ ते बाई नूं आप पौधे दा ड्रैस बाई आपां एक बार ड्रैस जरूर बोल दिओ जे कोई आउणा चाहुंदा मतलब इत्थे आ हाँ जी अपना डिस्ट्रिक्ट संगरूर है जी बीपीओ दुग्गा ये सलाइट रोड ते पैंदा लौंगोवाल सलाइट रोड जी 9854538399 जी 9469485969 दोस्तों जेकर तुहानू भी किसी भी तरह का फलदार जां सजावट बूटा चाहिए तो तुसी गिल फार्म एंड नर्सरी आ सकते हो इत्थे तुहानू सारे तरह के जिहड़े बूटे दिते जाणगे नाल तुहानू इह सलाह भी दित्ती जाऊ भी जिहड़े बूटे दे विच दवाई पैंदी आ तो दवाई बारे भी दस्या जाऊ तो किहड़े महीने दे विच जिहड़ा तुसी किहड़ा बूटा लगा सकदे अपने घर दे विच तुहानू सारी जिहड़ी प्रोपर इत्थे जानकारी दित्ती जाऊ जेकर तुहानू इह वीडियो वधिया लगी तां वीडियो नूं वध तों वध शेयर लाइक कर दो ते चैनल नूं सबसक्राइब कर दो धन्नवाद दोस्तों।